ਨਮਸਕਾਰ ਦੂਰਦਰਸ਼ਨ ਖਬਰਾਂ 'ਚ ਆਪ ਸਭ ਦਾ ਸਵਾਗਤ ਮੈਂ ਜਤਿੰਦਰ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆ ਖਬਰਾਂ ਕੇਂਦਰੀ ਕੈਬਨਿਟ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਸਤਲੁਜ ਦਰਿਆ ਤੇ ਲੋਹਰੀ ਪਾਵਰ ਪ੍ਰੋਜੈਕਟ ਦੇ ਪਹਿਲੇ ਪੜਾਅ ਲਈ 1810 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਕੇਂਦਰੀ ਕੈਬਨਿਟ ਨੇ ਭਾਰਤ ਅਤੇ ਇਜ਼ਰਾਈਲ ਵਿਚਾਲੇ ਸਿਹਤ ਅਤੇ ਮੈਡੀਸਨ ਦੇ ਖੇਤਰ ਵਿੱਚ ਸਹਿਯੋਗ ਸੰਬੰਧੀ ਐਮਓਯੂ ਨੂੰ ਪ੍ਰਵਾਨਗੀ ਦਿੱਤੀ ਭਾਰਤ ਚੀਨ ਵਿਚਾਲੇ ਕੋਰ ਕਮਾਂਡਰ ਪਧਰੀ 8ਵੀਂ ਗੱਲਬਾਤ 6 ਨਵੰਬਰ ਨੂੰ ਪੂਰਬੀ ਲਦਾਖ ਦੇ ਚੂਸ਼ੂਲ ਮੋਲਦੋ ਸੀਮਾ ਚੌਂਕੀ ਤੇ ਭਾਰਤ ਵਾਲੇ ਪਾਸੇ ਹੋਵੇਗੀ। ਮੁੰਬਈ ਪੁਲਿਸ ਵੱਲੋਂ ਰਿਪਬਲਿਕ ਟੀਵੀ ਦੇ ਐਡੀਟਰ ਇਨ-ਚਾਰਜ ਅਰਨਵ ਗੋਸਵਾਮੀ ਆਤਮ ਹੱਤਿਆ ਲਈ ਉਕਸਾਉਣ ਸੰਬੰਧੀ ਮਾਮਲੇ ਵਿੱਚ ਗ੍ਰਿਫਤਾਰ ਕਈ ਕੇਂਦਰੀ ਮੰਤਰੀਆਂ ਹੋਰ ਸਿਆਸੀ ਆਗੂਆਂ ਤੇ ਪ੍ਰੈਸ ਅਤੇ ਮੀਡੀਆ ਨਾਲ ਸੰਬੰਧਤ ਹਸਤੀਆਂ ਨੇ ਅਰਨਵ ਗੋਸਵਾਮੀ ਦੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ। ਰੇਲਵੇ ਵਿਭਾਗ ਨੇ ਕਿਹਾ ਕਿ ਉਹ ਪੰਜਾਬ ਵਿੱਚ ਯਾਤਰੀ ਅਤੇ ਮਾਲ ਗੱਡੀਆਂ ਦੀ ਰੇਲ ਸੇਵਾ ਤੁਰੰਤ ਬਹਾਲ ਕਰਨ ਲਈ ਤਿਆਰ ਹੈ ਬਸ਼ਰਤੇ ਪੰਜਾਬ ਸਰਕਾਰ ਰੇਲ ਗੱਡੀਆਂ ਅਤੇ ਇਹਨਾਂ ਨੂੰ ਚਲਾਉਣ ਵਾਲੇ ਸਟਾਫ ਦੀ ਸੁਰੱਖਿਆ ਦਾ ਭਰੋਸਾ ਦੇਵੇ। ਰੇਲਵੇ ਵਿਭਾਗ ਵੱਲੋਂ ਅਜੇ ਵੀ ਰੇਲ ਪਟੜੀਆਂ ਤੇ ਕਿਸਾਨਾਂ ਦੇ ਧਰਨੇਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅਤੇ ਕਿਸਾਨਾਂ ਦੀ ਰਾਖੀ ਮਿਸ਼ਨ ਦੀ ਨਵੀਂ ਦਿੱਲੀ ਦੇ ਰਾਜਘਾਟ ਤੋਂ ਸ਼ੁਰੂਆਤ ਦਿੱਲੀ ਪੁਲਿਸ ਵੱਲੋਂ ਰਾਜਕਾੜ ਵਿਖੇ ਮੁੱਖ ਮੰਤਰੀ ਅਤੇ ਕਾਂਗਰਸੀ ਵਿਧਾਇਕਾਂ ਨੂੰ ਧਰਨੇ ਦੀ ਇਜਾਜ਼ਤ ਨਾ ਦੇਣ ਤੇ ਧਰਨੇ ਦੀ ਥਾਂ ਤਬਦੀਲ ਕਰਕੇ ਜੰਤਰ ਮੰਤਰ ਕਰ ਦਿੱਤੀ ਗਈ। ਬਠਿੰਡਾ ਸਥਿਤ ਕੇਂਦਰੀ ਯੂਨੀਵਰਸਿਟੀ ਪੰਜਾਬ ਅਤੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵੱਲੋਂ ਅੱਜ ਖੋਜ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਸੰਬੰਧੀ ਇੱਕ ਸਮਝੌਤੇ ਤੇ ਦਸਖਤ ਕੀਤੇ ਗਏ। ਲੌਕਡਾਊਨ ਕਾਰਨ ਭਾਰਤ ਵਿੱਚ ਫਸੇ 125 ਪਾਕਿਸਤਾਨੀ ਨਾਗਰਿਕਾਂ ਨੂੰ ਅੱਜ ਅਟਾਰੀ ਵਾਗਾ ਸਰਹਾਦ ਰਾਹੀਂ ਵਤਨ ਵਾਪਸ ਭੇਜਿਆ ਗਿਆ। ਤਰਨਤਾਰਨ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਵਾ ਕੀਤਾ। ਪੁਲਿਸ ਵੱਲੋਂ 11 ਵਿਅਕਤੀ ਗ੍ਰਿਫਤਾਰ, ਮੁੱਖ ਦੋਸ਼ੀ ਸਮੇਤ 3 ਹੋਰ ਵਿਅਕਤੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਦੇਖੋ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ ਅੱਜ ਕਈ ਅਹਿਮ ਫੈਸਲੇ ਲਏ ਗਏ ਕੈਬਨਿਟ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਸਤਲੁਜ ਦਰਿਆ ਤੇ ਲੋਹਰੀ ਪਾਵਰ ਪ੍ਰੋਜੈਕਟ ਦੇ ਪਹਿਲੇ ਪੜਾਅ ਲਈ 1810 ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਨੂੰ ਮਜ਼ਦੂਰੀ ਦਿੱਤੀ ਗਈ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸਥਾਨਕ ਪੱਧਰ ਤੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੋਹੱਈਆ ਹੋਣਗੇ ਅਤੇ ਉਹਨਾਂ ਦੀ ਜ਼ਿੰਦਗੀ ਦਾ ਪੱਧਰ ਬਿਹਤਰ ਹੋਵੇਗਾ। ਇਹ ਪ੍ਰੋਜੈਕਟ 62 ਮਹੀਨਿਆਂ ਦੇ ਅੰਦਰ-ਅੰਦਰ ਚਾਲੂ ਹੋ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਨੇ ਭਾਰਤ ਅਤੇ ਇਜ਼ਰਾਈਲ ਵਿਚਾਲੇ ਸਿਹਤ ਅਤੇ ਮੈਡੀਸਨ ਦੇ ਖੇਤਰ ਵਿੱਚ ਸਹਿਯੋਗ ਸੰਬੰਧੀ ਐਮਓਯੂ ਨੂੰ ਪ੍ਰਵਾਨਗੀ ਦਿੱਤੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਮੀਟਿੰਗ ਮਗਰੋਂ ਮੀਡੀਆ ਬਰੀਫਿੰਗ ਦੌਰਾਨ ਵੱਖ-ਵੱਖ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। हिमाचल में लोहरी हाइड्रो प्रोजेक्ट करने का निर्णय लिया गया 210 मेगावाट का ये बिजली का प्रोजेक्ट 1810 करोड़ रुपए के लागत से बनेगा इससे सात करोड़ यूनिट हर साल ਬਿਜਲੀ ਮਿਲੇਗੀ ਇਸ ਸੇ 2000 ਲੋਕਾਂ ਨੂੰ ਪ੍ਰਤਿਕਸ਼ਾ ਅਤੇ ਅਪ੍ਰਤਿਕਸ਼ਾ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲਦਾਖ ਵਿੱਚ ਸੀਮਾ ਤੇ ਬਣੇ ਤਣਾਅ ਨੂੰ ਘਟ ਕਰਨ ਦੇ ਯਤਨ ਵਜੋਂ ਦੋਵੇਂ ਮੁਲਕਾਂ ਦੇ ਕੋਰ ਕਮਾਂਡਰ ਪਧਰੀ 8ਵੀਂ ਗੱਲਬਾਤ 6 ਨਵੰਬਰ ਨੂੰ ਹੋਵੇਗੀ ਉੱਚ ਕਮਾਂਡਰਾਂ ਪਧਰੀ ਇਹ ਮੀਟਿੰਗ ਚੁਸ਼ੋਲ ਮੋਲਦੋ ਸਰਹੱਦੀ ਸੀਮਾ ਚੌਂਕੀ ਤੇ ਭਾਰਤ ਵਾਲੇ ਪਾਸੇ ਰੱਖੀ ਗਈ ਹੈ ਮੁੰਬਈ ਪੁਲਿਸ ਵੱਲੋਂ ਅੱਜ ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ ਅਰਨਵ ਗੋਸਵਾਮੀ ਨੂੰ ਆਤਮ ਹੱਤਿਆ ਲਈ ਉਕਸਾਉਣ ਸੰਬੰਧੀ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਅਰਨਵ ਗੋਸਵਾਮੀ ਦੀ ਵਰਲੀ ਖੇਤਰ ਹਾਇਸ ਤੋਂ ਗ੍ਰਿਫਤਾਰੀ ਤੋਂ ਬਾਅਦ ਮੁੰਬਈ ਪੁਲਿਸ ਉਹਨਾਂ ਨੂੰ ਰਾਏਗੜ੍ਹ ਜ਼ਿਲ੍ਹੇ ਵਿੱਚ ਲੈ ਗਈ। ਰਾਏਗੜ੍ਹ ਪੁਲਿਸ ਨੇ 2018 ਵਿੱਚ ਇੱਕ ਇੰਟੀਰੀਅਰ ਡਿਜ਼ਾਈਨਰ ਦੀ ਮੌਤ ਮਗਰੋਂ ਉਸਨੂੰ ਆਤਮ ਹੱਤਿਆ ਲਈ ਉਕਸਾਉਣ ਸੰਬੰਧੀ ਕੇਸ ਵਿੱਚ ਅਰਨਵ ਗੋਸਵਾਮੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਸੀ। ਪੁਲਿਸ ਅਨੁਸਾਰ ਅਨਵੇ ਨਾਇਕ ਨਾਮੀ ਇਸ ਵਿਅਕਤੀ ਨੇ ਅਲੀਬાગ ਸਥਿਤ ਆਪਣੇ ਬੰਗਲੇ ਵਿੱਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ ਪੁਲਿਸ ਵੱਲੋਂ ਮ੍ਰਿਤਕ ਦੇ ਖੁਦਕੁਸ਼ੀ ਨੋਟ ਦੇ ਆਧਾਰ ਤੇ ਅਰਣਵ ਗੋਸਵਾਮੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਅਰਣਵ ਗੋਸਵਾਮੀ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਅੱਜ ਗ੍ਰਿਫਤਾਰੀ ਸਮੇਂ ਉਸ ਨਾਲ ਕੁੱਟਮਾਰ ਕੀਤੀ ਗਈ ਕਈ ਕੇਂਦਰੀ ਮੰਤਰੀਆਂ ਹੋਰ ਸਿਆਸੀ ਆਗੂਆਂ ਅਤੇ ਪ੍ਰੈਸ ਅਤੇ ਮੀਡੀਆ ਨਾਲ ਸੰਬੰਧਤ ਹਸਤੀਆਂ ਨੇ ਅਰਣਵ ਗੋਸਵਾਮੀ ਦੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਹਾਰਾਸ਼ਟਰ ਪੁਲਿਸ ਵੱਲੋਂ ਅਰਣਵ ਗੋਸਵਾਮੀ ਨਾਲ ਕੀਤੇ ਵਿਵਹਾਰ ਨੇ ਐਮਰਜੈਂਸੀ ਦੇ ਦਿਨਾਂ ਦੀ ਯਾਦ ਕਰਾ ਦਿੰਦੀ ਹੈ ਸੂਚਨਾ ਦੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੁੰਬਈ ਵਿੱਚ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਐਮਰਜੈਂਸੀ ਵਰਗੀ ਕਾਰਵਾਈ ਹੈ ਅਤੇ ਲੋਕ ਇਸ ਦਾ ਜਵਾਬ ਲੋਕਤੰਤਰ ਰਾਹੀਂ ਦੇਣਗੇ ਉਨਾ ਇਸ ਵਾਸਤੇ ਕਾਂਗਰਸ ਪਾਰਟੀ ਦੀ ਨਿਖੇਦੀ ਕਰਦੇ ਆ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਇਹ ਪਾਰਟੀ ਮਹਾਰਾਸ਼ਟਰ ਵਿੱਚ ਫਾਸੀਵਾਦ ਅਤੇ ਐਮਰਜੈਂਸੀ ਸਮੇਂ ਦੀ ਸੋਚ ਦਾ ਮੁਜ਼ਹਾਰਾ ਕਰ ਰਹੀ ਹੈ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅਰਣਵ ਦੀ ਗ੍ਰਿਫਤਾਰੀ ਨੂੰ ਚਿੰਤਾਜਨਕ ਦੱਸਿਆ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਮ ਮਾਧਵ ਨੇ ਇਸ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਦੱਸਿਆ ਭਾਜਪਾ ਦੇ ਬੁਲਾਰੇ ਸਮਿਤ ਪਾਤਰਾ ਨੇ ਇਸ ਘਟਨਾ ਤੇ ਪ੍ਰतिकਾਰਣ ਦੰਦੇ ਹ ਇਸ ਨੂੰ ਬੁਨਿਆਦੀ ਅਧਿਕਾਰਾਂ ਦਾ ਘਾਣ ਦੱਸਿਆ ਰੇਲਵੇ ਵਿਭਾਗ ਨੇ ਬੀਤੇ ਦਿਨ ਕਿਹਾ ਕਿ ਉਹ ਪੰਜਾਬ ਵਿੱਚ ਯਾਤਰੀ ਅਤੇ ਮਾਲ ਗੱਡੀਆਂ ਦੀ ਰੇਲ ਸੇਵਾ ਤੁਰੰਤ ਬਹਾਲ ਕਰਨ ਲਈ ਤਿਆਰ ਹੈ ਬਸ਼ਰਤੇ ਪੰਜਾਬ ਸਰਕਾਰ ਰੇਲ ਗੱਡੀਆਂ ਅਤੇ ਇਹਨਾਂ ਨੂੰ ਚਲਾਉਣ ਵਾਲੇ ਸਟਾਫ ਦੀ ਸੁਰੱਖਿਆ ਦਾ ਭਰੋਸਾ ਦੇਵੇ। ਰੇਲਵੇ ਨੇ ਪੰਜਾਬ ਵਿੱਚ ਗੱਡੀਆਂ ਚਲਾਉਣ ਲਈ ਸੂਬਾ ਸਰਕਾਰ ਨੂੰ ਕਲੀਅਰੈਂਸ ਦੇਣ ਦੀ ਮੰਗ ਕੀਤੀ। ਰੇਲਵੇ ਵਿਭਾਗ ਨੇ ਅਜੇ ਵੀ ਪੰਜਾਬ ਵਿੱਚ ਕਈ ਥਾਈਂ ਰੇਲ ਪਟੜੀਆਂ ਤੇ ਰੁਕਾਵਟਾਂ ਸੰਬੰਧੀ ਫੋਟੋ ਜਾਰੀ ਕੀਤੇ ਨੇ। ਰੇਲਵੇ ਦਾ ਕਹਿਣਾ ਹੈ ਕਿ ਰੇਲ ਡਰਾਈਵਰਾਂ ਨੂੰ ਸੁਤੰਤਰ ਢੰਗ ਨਾਲ ਗੱਡੀਆਂ ਚਲਾਉਣ ਬਾਰੇ ਭਰੋਸਾ ਅਤੇ ਸੁਰੱਖਿਆ ਲੋੜੀਂਦੀ ਹੈ। ਰੇਲਵੇ ਵਿਭਾਗ ਵੱਲੋਂ ਡੀਪੂਆਂ ਅਤੇ ਰੱਖ-ਰਖਾ ਲਈ 22 ਅਤੇ 23 ਅਕਤੂਬਰ ਨੂੰ ਸਥਾਨਕ ਪੁਲਿਸ ਵੱਲੋਂ ਧਰਨਾ ਚੁੱਕੇ ਜਾਣ ਦੇ ਭਰੋਸੇ ਮਗਰੋਂ ਮਾਲ ਗੱਡੀਆਂ ਅਤੇ ਖਾਲੀ ਰੈਕ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਸਨ ਪਰ ਕਈ ਮਾਲ ਗੱਡੀਆਂ ਅਤੇ ਖਾਲੀ ਰੈਕ 23 ਅਕਤੂਬਰ ਨੂੰ ਵੀ ਰੋਕੇ ਗਏ ਜਿਸ ਮਗਰੋਂ ਰੇਲ ਦੇ ਡਰਾਈਵਰਾਂ ਅਤੇ ਗਾਰਡਾਂ ਨੇ ਉਦੋਂ ਤੱਕ ਪੰਜਾਬ ਵਿੱਚ ਗੱਡੀਆਂ ਚਲਾਉਣ ਤੋਂ ਨਾ ਕਰ ਦਿੱਤੀ ਜਦ ਤੱਕ ਉਹਨਾਂ ਨੂੰ ਭਰੋਸਾ ਨਹੀਂ ਦਿੱਤਾ ਜਾਂਦਾ ਕਿ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ ਰੇਲਵੇ ਨੇ ਮਾਲ ਗੱਡੀਆਂ ਦੀਆਂ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਲਈ ਬਿਨਾਂ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਤੋਂ ਨਿਰਵਿਘਨ ਮਾਹੌਲ ਦੀ ਮੰਗ ਕੀਤੀ ਹੈ। ਰੇਲਵੇ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਤੋਂ ਮੁੜ ਰੇਲਾ ਰੋਕਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਮਾਲ ਗੱਡੀਆਂ ਦੀਆਂ ਸੇਵਾਵਾਂ ਨੂੰ ਮੁੜ ਬਹਾਲ ਕਰਨ ਬਾਰੇ ਬੇਯਕੀਨੀ ਪੈਦਾ ਹੁੰਦੀ ਹੈ। ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਕਾਰਨ 960 ਮਾਲ ਗੱਡੀਆਂ ਅਤੇ 50 ਯਾਤਰੀ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਪੰਜਾਬ ਵਿੱਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਕੇਂਦਰ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਮੁਲਤਵੀ ਕੀਤੀ ਜਾਣ ਅਤੇ ਰਾਸ਼ਟਰਪਤੀ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਅੱਜ ਨਵੀਂ ਦਿੱਲੀ ਦੇ ਰਾਜਘਾਟ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅਤੇ ਕਿਸਾਨਾਂ ਦੀ ਰਾਖੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਆਪਣੇ ਵਿਧਾਨਕਾਰਾਂ ਅਤੇ ਸੰਸਦ ਮੈਂਬਰਾਂ ਸਮੇਤ ਰਾਜਘਾਟ ਤੇ ਤਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਇਸ ਦੀ ਇਜਾਜ਼ਤ ਨਾ ਦੇਣ ਤੇ ਧਰਨੇ ਨੂੰ ਜੰਤਰ ਮੰਤਰ ਤਬਦੀਲ ਕਰ ਦਿੱਤਾ ਗਿਆ। ਮੋ ਕਮੰਤਰੀ ਨੇ ਅੱਜ ਸਵੇਰੇ ਰਾਜਕਾੜ ਵਿਖੇ ਰਾਸ਼ਟਪਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀयां ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੇ ਮਤਰੀ ਮਾਂ ਵਾਲਾ ਸਲੂਕ ਕਰਨ ਦਾ ਇਲਜ਼ਾਮ ਲਗਾਇਆ ਤੇ ਪੰਜਾਬ ਦੇ ਰਾਜਪਾਲ ਦੀ ਭੂਮਿਕਾ ਉੱਪਰ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸੁਬਾਈ ਖੇਤੀ ਸੋਧ ਬਿੱਲ ਉਹਨਾਂ ਨੂੰ ਪੇਸ਼ ਕੀਤੇ ਜਾਣ ਦੇ ਕਈ ਹਫ਼ਤਿਆਂ ਬਾਅਦ ਵੀ ਰਾਸ਼ਟਰਪਤੀ ਨੂੰ ਅੱਗੇ ਨਹੀਂ ਭੇਜੇ ਗਏ। ਮੁੱਖ ਮੰਤਰੀ ਨੇ ਪੰਜਾਬ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਵੱਲੋਂ ਮਿਲਣ ਦਾ ਸਮਾਂ ਨਾ ਦੇਣ ਤੇ ਅਫਸੋਸ ਜ਼ਾਹਰ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਵਿਧਾਨਕਾਰਾਂ ਨੇ ਸੂਬੇ ਨਾਲ ਜੁੜੇ ਮਸਲਿਆਂ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਸੀ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਰੋਕੇ ਜਾਣ ਕਾਰਨ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀ ਢੋਆ ਢੋਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਏ ਅਤੇ ਪੰਜਾਬ ਦੇ ਬਿਜਲੀ ਦੇ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਏ ਨੇ। ਮੁੱਖ ਮੰਤਰੀ ਨੇ ਪੰਜਾਬ ਨੂੰ ਮਾਰਚ ਮਹੀਨੇ ਤੋਂ ਜੀਐਸਟੀ ਦੀ ਅਦਾਇਗੀ ਨਾ ਕੀਤੇ ਜਾਣ ਅਤੇ ਸੰਵਿਧਾਨਕ ਗਰੰਟੀ ਦਾ 10000 ਕਰੋੜ ਰੁਪਏ ਬਕਾਇਆ ਹੋਣ ਦੀ ਗੱਲ ਕਹੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਪੈਸਾ ਨਹੀਂ ਹੈ ਅਤੇ ਸਾਡੇ ਭੰਡਾਰ ਵੀ ਮੁੱਕ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਅਦ ਵਿੱਚ ਜੰਤਰ ਮੰਤਰ ਤੋਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਰਿਲੇ ਧਰਨਾ ਸ਼ੁਰੂ ਕੀਤਾ ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ-ਨਾਲ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੀ ਸ਼ਾਮਲ ਹੋਏ। ਬਠਿੰਡਾ ਸਥਿਤ ਕੇਂਦਰੀ ਯੂਨੀਵਰਸਿਟੀ ਪੰਜਾਬ ਅਤੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵੱਲੋਂ ਅੱਜ ਖੋਜ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਸੰਬੰਧੀ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ। ਐਮਓਯੂ ਅਨੁਸਾਰ ਹੁਣ ਕੇਂਦਰ ਦੇ ਇਹ ਦੋਵੇਂ ادارے ਸੇਤ ਅਤੇ ਵਾਤਾਵਰਣ ਉੱਪਰ ਖੋਜ ਕਰਨਗੇ ਤਾਂ ਜੋ ਮਾਲਵਾ ਇਲਾਕੇ ਵਿੱਚ ਫੈਲੇ ਕੈਂਸਰ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਲਾਕੇ ਦੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ। ਅੱਜ ਬਠਿੰਡਾ ਵਿੱਚ ਕੇਂਦਰੀ ਯੂਨੀਵਰਸਿਟੀ ਅਤੇ ਏਮਜ਼ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਐਲਾਨ ਕੀਤਾ ਗਿਆ ਕੇਂਦਰੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋਫੈਸਰ ਰਗਵੇਨਦਰ ਸਿੰਘ ਦਿਵਾੜੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਖੋਜ ਦੇ ਖੇਤਰ ਵਿੱਚ ਹੋਰ ਵਧੇਰੇ ਕੰਮ ਕੀਤਾ ਜਾ ਸਕੇਗਾ ਅਤੇ ਜ਼ਿਆਦਾ ਸਾਰਥਕ ਨਤੀਜੇ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਕੇਂਦਰੀ ਯੂਨੀਵਰਸਿਟੀ ਕੋਲ ਆਧੁਨਿਕ ਲੈਬਾਰਟਰੀਆਂ ਅਤੇ ਮਸ਼ੀਨਾਂ ਉਪਲਬਧ ਨੇ ਜਦਕਿ ਦੂਜੇ ਪਾਸੇ ਏਮਜ਼ ਕੋਲ ਮਾਹਰ ਡਾਕਟਰਾਂ ਦੀ ਟੀਮ ਹੈ ਕਿ ہمارے ہاں ਬਹੁਤ ਸਾਰੇ ਇੰਸਟਰੂਮੈਂਟਸ ਹਨ जिसमें कि एक्सपेरिमेंट्स किए जा सकते हैं जो हेल्थ से रिलेटेड जो इशूज़ हैं डिफरेंट तरह की डिसीज़ हैं उनके लिए जो एनालिटिकल फैसिलिटी है वो हमारे पास है और हमारे विश्वविद्यालय में कुछ विभाग ऐसे हैं जो कि बहुत सारे हेल्थ रिलेटेड इशूज़ पर हमारे यहाँ ऑलरेडी रिसर्च चल रही है रिसर्च प्रोजेक्ट चल रहे हैं ਏਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਜਿੱਥੇ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਖੋਜ ਹੋਇਆ ਕਰੇਗੀ ਉਥੇ ਨਵੀਂ ਸਿੱਖਿਆ ਨੀਤੀ ਤਹਿਤ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਪ੍ਰੈਕਟੀਕਲ ਸਿੱਖਿਆ ਵਿੱਚ ਸਹਾਇਤਾ ਮਿਲੇਗੀ ਡਾਕਟਰ ਦਿਨੇਸ਼ ਨੇ ਕਿਹਾ ਕਿ ਜਦ ਮਾਹਰ ਡਾਕਟਰ ਅਤੇ ਪ੍ਰੋਫੈਸਰ ਆਪਸ ਵਿੱਚ ਮਿਲ ਕੇ ਕੰਮ ਕਰਨਗੇ ਤਾਂ ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ ਜਿਸ ਨਾਲ ਸਮਾਜ ਨੂੰ ਲਾਭ ਹੋਵੇਗਾ ਬਲ ਉਸਮਾਨ ਨੇ ਮੈਂ ਭਾਗਿਆਸ਼ਾਲੀ ਹੈ ਕਿ ਭਾਰਤ ਸਰਕਾਰ ਦੇ ਦੋ इंस्टिट्यूट ऑफ नेशनल इंपॉर्टेंस बठिंडा में आए एम्स और सेंट्रल यूनिवर्सिटी ऑफ पंजाब दोनों अभी नई शिक्षा नीति की अगर बात करें तो कोलैबोरेशन का ही शिक्षा नीति में ज्यादा बल किया गया है कि यूनिवर्सिटीज आपस में मिलकर के काम करें कोरोना संकट काल दौरान भारत और पाकिस्तान वालों बंद कीतियां गईयां सरहदां कारण दोनों मुल्कों में फसे एक दूसरे के नागरिकां दी लाज़मी सेहत सुरक्षा प्रोटोकॉल तहत वापसी हो रही है ਇਸੇ ਤਰ੍ਹਾਂ ਭਾਰਤ ਵਿੱਚ ਫਸੇ 125 ਪਾਕਿਸਤਾਨੀ ਅੱਜ ਲੰਬੇ ਸਮੇਂ ਤੋਂ ਬਾਅਦ ਅਟਾਰੀ ਵਾਗਾ ਸਰਹੱਦ ਰਾਹੀਂ ਆਪਣੇ ਵਤਨ ਪਰਤੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਨਾਲ ਸੰਬੰਧਿਤ 163 ਭਾਰਤੀ ਵਿਦਿਆਰਥੀ ਵੀ ਪਾਕਿਸਤਾਨ ਰਵਾਨਾ ਹੋਏ ਇਹ ਸਾਰੇ اسلامਾਬਾਦ ਲਾਹੌਰ ਪੇਸ਼ਾਵਰ ਸਮੇਤ ਪਾਕਿਸਤਾਨ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਨੇ ਲਾਕਡਾਊਨ ਕਾਰਨ ਇਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ ਪਰ ਹੁਣ ਪਾਕਿਸਤਾਨ ਵਿੱਚ ਸਕੂਲ ਕਾਲਜ ਖੁੱਲਣ ਤੇ ਇਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਦੀ ਵਿਸ਼ੇਸ਼ ਤੌਰ ਤੇ ਆਗਿਆ ਦਿੱਤੀ ਗਈ ਪੰਜਾਬ ਪੁਲਿਸ ਦੇ ਪ੍ਰੋਟੋਕਾਲ ਅਫਸਰ ਅਰुणਪਾਲ ਸਿੰਘ ਅਨੁਸਾਰ ਅਟਾਰੀ ਪੁੱਜਣ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਹਨਾਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਹੀ ਆਈਸੀਪੀ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਉਹਨਾਂ ਦੱਸਿਆ ਕਿ ਅੱਜ ਪਾਕਿਸਤਾਨ ਭੇਜੇਗੇ ਸਾਰੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਗੁਜਰਾਤ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ, ਮਹਾਰਾਸ਼ਟਰ, ਉੱਤਰਾਖੰਡ, ਦਿੱਲੀ ਅਤੇ ਪੱਛਮ ਬੰਗਾਲ ਆਦਿ ਵੱਖ-ਵੱਖ ਰਾਜਾਂ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰੁਕੇ ਹੋਏ ਸਨ। ਇਹਨਾਂ ਵਿੱਚੋਂ ਕੁਝ ਭਾਰਤ ਵਿੱਚ ਆਪਣਾ ਇਲਾਜ ਕਰਵਾਉਣ ਆਏ ਸਨ ਜਦਕਿ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਏ ਸਨ ਪਰ ਲਾਕਡਾਊਨ ਕਾਰਨ 9 ਤੋਂ 10 ਮਹੀਨਿਆਂ ਤੋਂ ਇੱਥੇ ਹੀ ਰੁਕੇ ਹੋਏ ਸਨ ਅਪਰੋਕਸਿਮੇਟ 125 ਦੇ ਕਰੀਬ ਪਾਕਿਸਤਾਨ ਨਾਗਰਿਕ ਜਿਹੜੇ ਕਿ ਲਾਕਡਾਊਨ ਦੇ ਦੌਰਾਨ ਅੱਜ ਤੋਂ 7-8 ਮਹੀਨੇ ਪਹਿਲੇ ਫਸਟਕੇ ਸਗੇ ਉਹਨਾਂ ਦੇ ਜਾਣਾਰੇ ਅੱਜ ਡਿਕਲੇਅਰ ਹੋਇਆ ਹੈ ਉਹਨਾਂ ਵਿੱਚੋਂ ਕੁਝ ਆ ਰਹੇ ਆ ਕੁਝ ਅੰਦਰ ਨੂੰ ਇਹਨਾਂ ਨੂੰ ਚੈਕਿੰਗ ਕਰਕੇ ਨੇ ਪੇਪਰ ਵਗੈਰਾ ਪਾਸਪੋਰਟ ਵਗੈਰਾ ਵੇਖ ਕੇ ਇਹਨਾਂ ਨੂੰ ਹੁੰਦਾ ਭੇਜਿਆ ਜਾ ਰਿਹਾ ਹੈ आज वतन वापसी समय ना पाकिस्तानी नागरिकों ने नाउ किया स्टडी इन पाकिस्तान बिकॉज ऑफ लॉकडाउन मार्च में हम लोग uh, वापस आना पड़ा था हम लोगों को एट दिस पॉइंट ऑफ टाइम हम लोगों के लिए एक दिन फीजबल बनाया गया कि हम लोग वापस अपनी स्टडी uh, परस्यू कर सकें वील वी आर थैंकफुल governments that they coordinated well this time. One day they made feasible फीजबल uh, कि हम लोग अच्छे से फिर से जाए मैं श्रीनगर से हूँ और हम पाकिस्तान जा रहे हैं हम एम बी एस कर रहे हैं तो uh, पिछले आठ महीनों से हम लोग फंसे हुए थे कश्मीर में कोविड uh, की वजह से और लॉकडाउन की वजह से लेकिन अब हमारे एग्जाम्स हैं तो हम लोग बहुत थैंकफुल है कि हम मतलब uh, बौद्ध गवर्नमेंट्स ने हमें इतना सपोर्ट किया कि एक बार उन्होंने ਤਰੰਤਰਨ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਵਾ ਕੀਤਾ ਹੈ ਇਸ ਸਬੰਧੀ ਅੱਜ ਤਰੰਤਰਨ ਵਿੱਚ ਜਾਣਕਾਰੀ ਦਿੰਦੇ ਹਾਂ ਡੀਆਈਜੀ ਹਰਦੇয়াল ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਸਾਰੇ ਹੀ ਗੈਂਗਸਟਰ ਨੇ ਅਤੇ ਇਹਨਾਂ ਦਾ ਮੁੱਖ ਸਾਥੀ ਸੁਖ ਭਿਖਾਰੀ ਵਾਲਾ ਅਜੇ ਪੁਲਿਸ ਦੀ ਗ੍ਰਫਤ ਤੋਂ ਬਾਹਰ ਹੈ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਉਸਦੇ ਸਾਥੀ ਨੇ ਡੀਆਈਜੀ ਨੇ ਦੱਸਿਆ ਕਿ ਇਹ ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਦਰਿਆ ਵਿੱਚੋਂ ਟੁਕੜਿਆਂ ਵਿੱਚ ਭ੍ਰਮੜਤ ਹੋਇਆ ਉਨਾ ਕਹਿਾ ਕਿ ਕਤਲ ਦਾ ਕਾਰਨ ਕੀ ਸੀ ਇਹ ਫਰਾਰ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਹੀ ਪਤਾ ਲੱਗੇਗਾ ਡੀਆਈਜੀ ਨੇ ਸੁਪਾਰੀ ਲੈ ਕੇ ਕਤਲ ਕਰਨ ਦਾ ਸ਼ੱਕ ਜਤਾਇਆ ਡੀਆਈਜੀ ਹਰਦੀਾਲ ਸਿੰਘ ਮਾਨ ਨੇ ਦੱਸਿਆ ਕਿ ਗੈਂਗਸਟਰ ਸੁਖ ਭਿਖਾਰੀ ਵਾਲਾ ਅਤੇ ਦੋ ਸ਼ੂਟਰ ਭਾਵੇਂ ਪੁਲਿਸ ਦੀ ਗ੍ਰਿਫਤੋਂ ਬਾਹਰ ਨੇ ਪਰ ਉਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਹੈ ਤੇ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਸ਼ੌਰਿਆ ਚੱਕਰ ਜਿਹੜੇ ਕਾਮਰੇਡ ਬਲਵਿੰਦਰ ਸਿੰਘ ਹੋਰਾਂ ਦਾ ਸ਼ੌਰਿਆ ਚੱਕਰ ਵਿਜੇਤਾ ਹੋਰਾਂ ਦਾ ਮਰਡਰ ਹੋਇਆ ਸੀਗਾ 16 ਅਕਤੂਬਰ ਨੂੰ ਸਵੇਰ ਉਹਦੇ ਵਿੱਚ ਉਹਦੇ ਕਤਲ ਦੀ ਗੁੱਸਥੀ ਅਸੀਂ ਸੁਲਝਾ ਲਈਏ ਉਸ ਦੇ ਵਿੱਚ 11 ਅਕੋਜ਼ ਨੂੰ ਹੁਣ ਤੱਕ ਅਮਰਿਤਸਰ ਐਕਸਾਈਜ਼ ਵਿਭਾਗ ਦੇ ਮੋਬਾਈਲ ਵਿੰਗ ਨੇ ਅੱਜ ਵੱਡੀ ਸਫਲਤਾ ਹਾਸਲ ਕਰਦਿਆਂ ਨਾਕੇਬੰਦੀ ਦੌਰਾਨ ਦੋ ਵਪਾਰੀਆਂ ਪਾਸੋਂ 1 ਕਿਲੋ ਸੋਨਾ ਬਰਾਮਦ ਕੀਤਾ ਹੈ। ਸੋਨੇ ਨੂੰ ਕਬਜ਼ੇ ਵਿੱਚ ਲੈ ਕੇ ਐਕਸਾਈਜ਼ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਹਰਦੀਪ ਕੌਰ ਪਮਰਾ ਨੇ ਦੱਸਿਆ ਹੈ ਕਿ ਵਿਭਾਗ ਦੀ ਮੋਬਾਈਲ ਵਿੰਗ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਇਨ੍ਹਾਂ ਵਪਾਰੀਆਂ ਕੋਲੋਂ ਸੋਨੇ ਦੀ ਇੱਕ ਢੇਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਵਪਾਰੀਆਂ ਪਾਸੋਂ ਇਸ ਸੋਨੇ ਦਾ ਬਿੱਲ ਮੰਗਿਆ ਗਿਆ ਤਾਂ ਉਹ ਨਹੀਂ ਦਿਖਾ पाए। ਹਰਦੀਪ ਕੌਰ ਪਮਰਾ ਨੇ ਕਿਹਾ ਕਿ ਇਹ ਸੋਨਾ ਨਜ ਦੀ ਮੋਬਾਈਲਿੰਗ 2013 ਤੋਂ ਲੈ ਕੇ 15 ਤੱਕ ਜਦੋਂ ਮੈਂ ਆਪ ਇਥੇ ਡਿਪਟੀ ਡਾਇਰੈਕਟਰ ਇਨਵੈਸਟੀਗੇਸ਼ਨ ਹੁੰਦੇ ਸੀ ਕੀ 골ਡ پکڑਣ ਦੇ ਵਿੱਚ ਜਿਹੜੀਆਂ ਟੀਮਾਂ ਬਹੁਤ ਮਿਹਨਤ ਕਰਦੀਆਂ ਸੀਗੀਆਂ ਤੇ ਅੱਜ ਇਹਨਾਂ ਨੇ ਰਾਤ 1 ਕਿਲੋ ਦੇਖੀ ਕੋਈ 골ਡ پکڑਣ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ ਬਿਸ਼ੱਕ ਉਹ ਸਟੱਡਡ ਜੁਐਲਰੀ ਹੈ ਇਸ ਦਿਨ ਨਾਲ ਹੀ ਸਾਡਾ ਖਬਰਾਂ ਦਾ ਅਪਡੇਟਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ